ਸਤਿ ਸ਼੍ਰੀ ਅਕਾਲ ਪੰਜਾਬ ਵੈਦਰ ਟੀਵੀ ਯੂਟਿਊਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲ ਕਰਦੇ ਹਾਂ 23 ਜੂਨ ਪੰਜਾਬ ਸੂਬੇ ਦੀਆਂ ਵੱਡੀਆਂ ਖਬਰਾਂ ਦੀ। ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ। ਪੰਜਾਬ ਪੁਲਿਸ ਦੇ ਵਿੱਚ ਨਿਕਲੀਆਂ ਨੌਕਰੀਆਂ 4362 ਅਹੁਦਿਆਂ ਤੇ ਸਤੰਬਰ ਦੇ ਵਿੱਚ ਹੋਵੇਗੀ ਪ੍ਰੀਖਿਆ। ਜੀ ਹਾਂ ਦੋਸਤੋ, ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ। ਪੰਜਾਬ ਪੁਲਿਸ ਨੇ ਇਸ ਸੰਬੰਧ ਦੇ ਵਿੱਚ ਦੱਸਿਆ ਹੈ ਕਿ ਜ਼ਿਲ੍ਹਾ ਕੈਂਡਰ ਦੀਆਂ 2016 ਅਤੇ ਆਰਮਡ ਕੈਂਡਰ ਦੀਆਂ 2346 ਮਤਲਬ ਪੰਜਾਬ ਦੇ ਵਿੱਚ ਕੁੱਲ 4362 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਜੁਲਾਈ ਦੇ ਅੱਧ ਵਿੱਚ ਕਾਂਸਟੇਬਲ ਦੀਆਂ ਇਹਨਾਂ ਅਹੁਦਿਆਂ ਦੇ ਲਈ ਔਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਦੀ ਲਿਖਤੀ ਪ੍ਰੀਖਿਆ 25 ਅਤੇ 26 ਸਤੰਬਰ ਨੂੰ ਹੋਵੇਗੀ। ਅਗਲੀ ਖਬਰ ਆ ਰਹੀ ਹੈ ਜੀ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ 2022 ਦੀਆਂ ਚੋਣਾਂ। ਸੀਐਮ ਅਹੁਦੇ ਦੇ ਹੋਣਗੇ ਉਮੀਦਵਾਰ। ਜੀ ਹਾਂ ਦੋਸਤੋ, ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਦੇ ਲਈ ਮਲਿਕਾ ਅਰਜੁਨ ਖੜਗੇ ਦੀ ਅਗਵਾਈ ਵਿੱਚ ਬਣੀ ਕਮੇਟੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੈਠਕ ਹੋਈ। ਬੈਠਕ ਤੋਂ ਬਾਅਦ ਖੜਗੇ ਨੇ ਐਲਾਨ ਕੀਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ। ਉੱਥੇ ਸੀਐਮ ਅਹੁਦੇ ਦੇ ਉਮੀਦਵਾਰ ਵੀ ਹੋਣਗੇ। ਸਿੱਧੂ ਨੂੰ ਲੈ ਕੇ ਕੋਈ ਵੀ ਫੈਸਲਾ ਬਾਅਦ ਵਿੱਚ ਹੋਵੇਗਾ। ਅਗਲੀ ਖਬਰ ਆ ਰਹੀ ਹੈ ਜੀ, ਪੁੱਛਗਿੱਛ ਕਰਨ ਪਹੁੰਚੀ ਸੈੱਟ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦਾਗਿਆ ਸਵਾਲ। ਜੀ ਹਾਂ ਦੋਸਤੋ, ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੁੱਛਗਿੱਛ ਦੇ ਲਈ ਐਸਆਈਟੀ ਦੇ ਅੱਗੇ ਪੇਸ਼ ਹੋਏ, ਜਿੱਥੇ ਜਾਂਚ ਕਰ ਰਹੀ ਨਵੀਂ ਐਸਆਈਟੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਅਤੇ ਨਾਲ ਹੀ ਕਟਹਿਰੇ ਦੇ ਵਿੱਚ ਆਏ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜਿਨ੍ਹਾਂ 'ਤੇ ਇੱਕ ਵਾਰ ਫਿਰ ਇਸ ਜਾਂਚ ਦਾ ਸਿਆਸੀਕਰਨ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਅਤੇ ਇਸ ਸਭ ਇਸ ਲਈ ਹੋਇਆ ਹੈ ਕਿਉਂਕਿ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਜਾਂਚ ਦੇ ਵਿੱਚ ਸ਼ਾਮਲ ਹੋਏ ਕੈਪਟਨ ਅਤੇ ਕਰੀਬੀ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਦੇ ਲਈ ਬਣੀ ਐਸਆਈਟੀ ਦੇ ਸਵਾਲ ਅਤੇ ਹਾਈਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ 'ਤੇ ਅਕਾਲੀ ਦਲ ਨੇ ਲਗਾਏ ਹਨ ਇਲਜ਼ਾਮ। ਐਸਆਈਟੀ ਦੇ ਮੈਂਬਰਾਂ ਦੇ ਨਾਲ ਕੌਣ ਉਹ ਤੀਜਾ ਸ਼ਖਸ? ਜੀ ਹਾਂ ਦੋਸਤੋ, ਕੋਟਕਪੂਰਾ ਗੋਲੀਕਾਂਡ ਦੀ ਜਾਂਚ ਦੌਰਾਨ ਕਿਵੇਂ ਹੋਈ ਉਹ ਸ਼ਖਸ ਵੀ ਐਂਟਰੀ? ਇਸ ਦੇ ਕਹਿਣ 'ਤੇ ਕੀਤੀ ਗਈ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕੀ ਇਸ ਦੇ ਪਿੱਛੇ ਹੈ? ਪੰਜਾਬ ਸਰਕਾਰ ਦੀ ਕੋਈ ਸਾਜ਼ਿਸ਼? ਅੰਦਰ ਗਈ ਟੀਮ ਵਿੱਚ 3 ਮੈਂਬਰ ਹੀ ਸਨ, ਪਰ DIG ਸੁਰਜੀਤ ਸਿੰਘ ਦੀ ਥਾਂ ਪੁੱਛਗਿੱਛ ਦੇ ਲਈ ਪਹੁੰਚੇ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਗਲਾ, ਜੋ ਕਿ DSP ਬਣ ਕੇ ਇਸ ਪੁੱਛਗਿੱਛ ਵਿੱਚ ਸ਼ਾਮਲ ਹੋਏ ਹਨ। ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ 'ਤੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉੱਥੇ ਹੀ ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਵੀ ਸਵਾਲ ਦਾਗਿਆ ਗਿਆ। ਇਸ ਦੌਰਾਨ ਉਹਨਾਂ ਨੇ SIT ਤੋਂ ਪੁੱਛਿਆ ਹੈ ਕਿ ਕਿਉਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਦੁਆਲੇ ਹੀ ਘੁੰਮ ਰਿਹਾ ਅਤੇ ਇਸ ਜਾਂਚ ਦਾ ਦਾਇਰਾ ਵੱਧ ਕੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਸ਼ਾਮਲ ਕਿਉਂ ਨਹੀਂ ਕਰਦੇ? ਇਸ ਦੀ ਜਾਣਕਾਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਦਿੱਤੀ। ਅਗਲੀ ਖਬਰ ਆ ਰਹੀ ਹੈ ਜੀ, ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ PGI ਤੋਂ ਉਸਦੇ ਘਰ ਪੁੱਜੀ। PGI ਵਿੱਚ ਅੱਜ ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਹੋਣ ਤੋਂ ਬਾਅਦ ਉਹਦੀ ਮ੍ਰਿਤਕ ਦੇਹ ਘਰ ਵਿੱਚ ਪੁੱਜ ਚੁੱਕੀ ਹੈ ਅਤੇ ਘਰ ਦੇ ਬਾਹਰ ਟਰੱਕ ਵਿੱਚ ਵੱਡੇ ਫਰੀਜ਼ਰ ਵਿੱਚ ਉਹਦੀ ਮ੍ਰਿਤਕ ਦੇਹ ਪਹੁੰਚੀ ਹੈ ਅਤੇ ਕੱਲ੍ਹ ਦੁਪਹਿਰ 2 ਵਜੇ ਦਸ਼ਮੇਸ਼ ਨਗਰ ਵਿਖੇ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ ਅਤੇ 9 ਜੂਨ ਨੂੰ ਕਲਕੱਤਾ ਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਲਾਸ਼ ਨੂੰ ਅਖੀਰ ਮੰਗਲਵਾਰ ਨੂੰ PGI ਦੇ ਮੋਰਚਰੀ ਵਿੱਚ ਦੁਬਾਰਾ ਪੋਸਟਮਾਰਟਮ ਕੀਤਾ ਗਿਆ। ਅਗਲੀ ਖਬਰ ਆ ਰਹੀ ਹੈ ਜੀ, ਅਨਲੌਕ ਦੇ ਵਿੱਚ ਕੀ ਹੁਣ ਸਕੂਲ ਵੀ ਖੁੱਲ੍ਹਣਗੇ ਜਾਣੂ ਸਾਰੇ ਰਾਜਾਂ ਦਾ ਕੀ ਹੈ ਫੈਸਲਾ? ਜੀ ਹਾਂ ਦੋਸਤੋ, ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ ਹਰ ਦਿਨ ਘਟਦੇ ਜਾ ਰਹੇ ਹਨ ਅਤੇ ਇਸ ਗੱਲ ਦੀ ਚਰਚਾ ਜ਼ੋਰ ਫੜਨ ਲੱਗ ਪਈ ਹੈ ਕਿ ਕੀ ਹੁਣ ਸਕੂਲ ਵੀ ਖੁੱਲ੍ਹਣਗੇ। ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਪੈਣ ਦੇ ਨਾਲ ਕਈ ਸੂਬਿਆਂ ਦੇ ਵਿੱਚ ਲੋਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦਾ ਵੀ ਕਹਿਣਾ ਹੈ ਕਿ ਸੂਬਾ ਸਰਕਾਰਾਂ ਸਕੂਲ ਖੋਲ੍ਹਣ ਦਾ ਫੈਸਲਾ ਉਦੋਂ ਹੀ ਲੈਣ ਜਦੋਂ ਪੂਰੀ ਤਰ੍ਹਾਂ ਭਰੋਸਾ ਹੋ ਜਾਵੇ ਕਿ ਸਕੂਲ ਜਾਣ 'ਤੇ ਬੱਚੇ ਬਿਮਾਰ ਨਹੀਂ ਹੋਣਗੇ। ਨੀਤੀ ਆਯੋਗ ਦੇ ਪ੍ਰਧਾਨ ਕੋਵਿਡ-19 ਦੇ ਗਠਿਤ ਇੱਕ ਸੈਂਟਰਲ ਫਰਕ ਫੋਰਸ ਦੇ ਮੁਖੀ ਡਾਕਟਰ VK ਪਾਲ ਸਿੰਘ ਨੇ ਕਿਹਾ ਹੈ ਕਿ ਸਕੂਲਾਂ ਨੂੰ ਖੋਲ੍ਹਣ ਤੋਂ ਪਹਿਲਾਂ ਕਈ ਤੱਥਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਅਤੇ ਉਹਨਾਂ ਨੇ ਵਿਦੇਸ਼ਾਂ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਕਈ ਦੇਸ਼ਾਂ ਦੇ ਵਿੱਚ ਸਕੂਲ ਵੀ ਖੋਲ੍ਹੇ ਗਏ ਸੀ ਪਰ ਉਹਨਾਂ ਨੂੰ ਫਿਰ ਤੋਂ ਬੰਦ ਕਰਨ ਦਾ ਫੈਸਲਾ ਲੈਣਾ ਪਿਆ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਦੇ ਦੌਰਾਨ ਦੇਸ਼ ਵਿਆਪੀ ਤਾਲਾਬੰਦੀ ਦੇ ਐਲਾਨ ਦੇ ਨਾਲ ਸਕੂਲ 25 ਮਾਰਚ ਤੋਂ ਬੰਦ ਕਰ ਦਿੱਤੇ ਗਏ ਸਨ ਅਤੇ ਉਸ ਸਮੇਂ ਤੋਂ ਬੰਦ ਪਏ ਹਨ। ਅਜਿਹੇ ਦੌਰਾਨ ਬੋਰਡ ਦੀਆਂ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਕੁਝ ਫਾਰਮੂਲੇ ਦੇ ਤਹਿਤ ਤਿਆਰ ਕੀਤੇ ਜਾ ਰਹੇ ਹਨ। ਅਗਲੀ ਵੱਡੀ ਖਬਰ ਆ ਰਹੀ ਹੈ ਜੀ, ਨਵਜੋਤ ਸਿੰਘ ਸਿੱਧੂ ਨਹੀਂ ਛੱਡਣਗੇ ਕਾਂਗਰਸ ਪਾਰਟੀ, ਹਰੀਸ਼ ਰਾਵਤ। ਜੀ ਹਾਂ ਦੋਸਤੋ, ਕਾਂਗਰਸ ਦੇ ਕੌਮੀ
ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਾਂਗਰਸ ਨੂੰ ਛੱਡ ਕਿਸੇ ਹੋਰ ਪਾਰਟੀ ਦਾ ਪੱਲਾ ਫੜਨ ਦੀਆਂ ਅਫਵਾਹਾਂ ਨੂੰ ਦੂਰ ਕੀਤਾ। ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਨਹੀਂ ਛੱਡਣਗੇ ਅਤੇ ਸਿੱਧੂ ਬੇਅਦਬੀ ਅਤੇ ਡਰੱਗ ਮਾਮਲੇ ਵਿੱਚ ਲਗਾਤਾਰ ਕਾਰਵਾਈ ਦੀ ਮੰਗ ਕਰ ਰਹੇ ਸੀ। ਉਹਨਾਂ ਦੇ ਵੱਲੋਂ ਕਦੇ ਵੀ ਅਹੁਦੇ ਦੀ ਮੰਗ ਨਹੀਂ ਕੀਤੀ ਗਈ ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦਾ ਪੱਲਾ ਫੜ ਸਕਦੇ ਹਨ। ਅਗਲੀ ਵੱਡੀ ਖਬਰ ਆ ਰਹੀ ਹੈ ਜੀ, ਕੈਨੇਡਾ ਦੇ ਵਿੱਚ ਵੱਡੇ ਡਰੱਗ ਰੈਕਟ ਦਾ ਪਰਦਾਫਾਸ਼, ਬਹੁਤ ਗਿਣਤੀ ਵਿੱਚ ਪੰਜਾਬੀ ਗ੍ਰਿਫਤਾਰ। ਜੀ ਹਾਂ ਦੋਸਤੋ, ਟੋਰਾਂਟੋ ਦੀ ਪੁਲਿਸ ਦੇ ਵੱਲੋਂ ਆਪਣੇ 6 ਮਹੀਨੇ ਚੱਲੇ ਪ੍ਰੋਜੈਕਟ ਬਰੇਸਾ ਤਹਿਤ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕਰਦਿਆਂ 20 ਜਣਿਆਂ ਨੂੰ 1000 ਕਿਲੋ ਤੋਂ ਵੱਧ ਦੇ ਨਸ਼ੇ ਦੇ ਸਮੇਤ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਪੰਜਾਬੀ ਹਨ। ਪੁਲਿਸ ਨੇ ਇਹਨਾਂ ਦੇ ਕੋਲੋਂ 444 ਕਿਲੋ ਕੋਕੀਨ ਅਤੇ 142 ਕਿਲੋ ਕ੍ਰਿਸਟਲ ਮਿਥ ਅਤੇ 427 ਕਿਲੋ ਭੰਗ ਅਤੇ 9,66,000 20 ਕੈਨੇਡੀਅਨ ਡਾਲਰ ਅਤੇ ਇੱਕ ਗੰਨ 21 ਵਹੀਕਲ, ਜਿਸ ਵਿੱਚ 5 ਟਰੈਕਟਰ ਸ਼ਾਮਲ ਸਨ, ਅਤੇ ਪੁਲਿਸ ਨੇ ਕੁੱਲ 182 ਚਾਰਜ ਲਾਏ ਹਨ। ਅਗਲੀ ਖਬਰ ਆ ਰਹੀ ਹੈ ਜੀ, ਕਿਸਾਨ ਵਿਚਾਰਾ ਕੀ ਕਰੇ, ਮੱਕੀ ਦਾ MSP 1850 ਰੁਪਏ, ਮੰਡੀ ਵਿੱਚ ਮਿਲ ਰਿਹਾ ਹੈ 850 ਰੁਪਏ ਭਾਅ। ਜੀ ਹਾਂ ਦੋਸਤੋ, ਕੇਂਦਰ ਸਰਕਾਰ ਦੇ ਵੱਲੋਂ ਕਹਿਣ ਨੂੰ ਤਾਂ 1850 ਰੁਪਏ ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ ਕੀਤਾ ਗਿਆ, ਪਰ ਵਪਾਰੀ ਕਿਸਾਨਾਂ ਨੂੰ 600 ਤੋਂ ਲੈ ਕੇ 850 ਰੁਪਏ ਤੱਕ ਪ੍ਰਤੀ ਕੁਇੰਟਲ ਵੇਚਣ ਲਈ ਮਜਬੂਰ ਕਰ ਰਹੇ ਹਨ। ਕਿਸਾਨਾਂ ਦੇ ਵੱਲੋਂ ਪੈਦਾ ਕੀਤੀ ਗਈ ਜਦੋਂ ਮੱਕੀ ਮੰਡੀਆਂ ਦੇ ਵਿੱਚ ਆਈ ਤਾਂ ਵਪਾਰੀ ਨੱਕ ਬੁੱਲ ਵੱਟ ਰਹੇ ਹਨ ਅਤੇ ਦੋਵਾਂ ਇਲਾਕਿਆਂ ਦੀਆਂ ਮੰਡੀਆਂ ਪੱਕੀਆਂ ਭਰੀਆਂ ਪਈਆਂ ਹਨ ਅਤੇ ਮੰਡੀ ਦੇ ਵਿੱਚ ਵੱਧ ਨਮੀ ਦਾ ਬਹਾਨਾ ਲਾ ਕੇ ਵਪਾਰੀ ਇਸ ਨੂੰ ਖਰੀਦਣ ਦੇ ਲਈ ਤਿਆਰ ਨਹੀਂ ਹਨ, ਅਤੇ ਇਸ ਕਰਕੇ ਮੱਕੀ ਦਾ ਭਾਅ ਡਿੱਗਦਾ ਜਾ ਰਿਹਾ। ਅਤੇ ਮੰਡੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀ ਮੱਕੀ ਆ ਰਹੀ ਹੈ ਵਿੱਚ 26 ਤੋਂ ਲੈ ਕੇ 27% ਤੱਕ ਨਮੀ ਹੈ, ਜਦਕਿ ਵਪਾਰੀ 14% ਤੋਂ ਘੱਟ ਨਮੀ ਵਾਲੀ ਜਿਹੜੀ ਕਿ ਮੱਕੀ ਨੂੰ ਹੱਥ ਨਹੀਂ ਪਾ ਰਹੇ। ਅਤੇ ਤੁਹਾਨੂੰ ਦੱਸ ਦਈਏ ਵੀ ਹੁਣ ਮੱਕੀ ਦਾ ਭਾਅ ਲਗਭਗ 650 ਤੋਂ 850 ਰੁਪਏ ਤੱਕ ਵਿਕ ਰਿਹਾ ਹੈ ਮੰਡੀਆਂ ਦੇ ਵਿੱਚ। ਅਗਲੀ ਖਬਰ ਆ ਰਹੀ ਹੈ ਜੀ, ਇਹਨਾਂ ਸੂਬਿਆਂ ਦੇ ਵਿੱਚ ਪਵੇਗਾ ਮੀਂਹ, ਜਾਣੋ ਕਿੰਨੀ ਦੂਰ ਪਹੁੰਚਿਆ ਹੈ ਮੌਨਸੂਨ। ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਰਾਜਸਥਾਨ, ਪੱਛਮੀ ਬੰਗਾਲ ਸਣੇ ਕੁਝ ਰਾਜਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਅਤੇ ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ ਇਸ ਸਮੇਂ ਉੱਤਰ ਪ੍ਰਦੇਸ਼ ਵਿੱਚ ਅਲੀਗੜ੍ਹ, ਮੇਰਠ, ਬਾਰਮੇਡ, ਅੰਬਾਲਾ ਵਿੱਚੋਂ ਲੰਘ ਕੇ ਅੰਮ੍ਰਿਤਸਰ ਵਿੱਚ ਪੁੱਜ ਰਿਹਾ ਹੈ ਅਤੇ ਅਗਲੇ 5 ਦਿਨਾਂ ਦੇ ਦੌਰਾਨ ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ, ਪੱਛਮੀ ਬੰਗਾਲ, ਸਿੱਕਮ ਦੀਆਂ ਵੱਖ ਵੱਖ ਥਾਵਾਂ ਦੇ ਉੱਤੇ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੱਛਮੀ ਵਿਸ਼ੋਭ ਦੇ ਕਾਰਨ ਕੁਝ ਘੰਟਿਆਂ ਦੇ ਲਈ ਪੱਛਮੀ ਹਿਮਾਲਿਆ ਖੇਤਰਾਂ ਵਿੱਚ ਮੀਂਹ ਪੈ ਸਕਦਾ ਹੈ ਅਤੇ ਦੱਖਣੀ ਪੱਛਮੀ ਮੌਨਸੂਨ ਨੇ ਹਾਲੇ ਤੱਕ ਦਿੱਲੀ ਵਿੱਚ ਦਸਤਕਤ ਨਹੀਂ ਦਿੱਤੀ ਹੈ ਅਤੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੰਗਲਵਾਰ ਨੂੰ ਆਸਮਾਨ ਵਿੱਚ ਕੁਝ ਹੱਦ ਤੱਕ ਬੱਦਲਬਾਈ ਰਹੇਗੀ। ਮੌਨਸੂਨ ਦੀਆਂ ਹਵਾਵਾਂ 27 ਜੂਨ ਤੱਕ ਰਾਸ਼ਟਰੀ ਰਾਜਧਾਨੀ ਵਿੱਚ ਪਹੁੰਚ ਸਕਦੀਆਂ ਹਨ ਅਤੇ ਉਸ ਤੋਂ ਬਾਅਦ ਪੰਜਾਬ, ਹਰਿਆਣਾ ਵੱਲ ਵੱਧਦੀਆਂ ਨਜ਼ਰ ਆਉਣਗੀਆਂ। ਅਗਲੀ ਵੱਡੀ ਖਬਰ ਆ ਰਹੀ ਹੈ ਜੀ, ਖੁਸ਼ਖਬਰੀ, ਰੇਲਵੇ ਦੇ ਵਿੱਚ 40,000 ਤੋਂ ਵੱਧ ਅਸਾਮੀਆਂ ਦੇ ਲਈ ਮੰਗੀਆਂ ਗਈਆਂ ਅਰਜ਼ੀਆਂ। ਭਾਰਤੀ ਰੇਲਵੇ ਦੇ ਵੱਲੋਂ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਹੇ ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ। ਭਾਰਤੀ ਰੇਲਵੇ ਬੋਰਡ ਨੇ 40,000 ਤੋਂ ਵੱਧ ਗਰੁੱਪ ਡੀ ਦੀਆਂ ਅਸਾਮੀਆਂ ਦੇ ਲਈ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਲਦ ਹੀ ਟਰੈਕ ਮੈਂਟੇਨਰ ਦੀਆਂ ਇਹਨਾਂ ਅਸਾਮੀਆਂ ਦੇ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਇਹ ਭਾਰਤੀਆਂ ਰੇਲਵੇ ਦੀਆਂ ਵੱਖ ਵੱਖ ਇਕਾਈਆਂ ਦੇ ਵਿੱਚ ਲਈਆਂ ਗਈਆਂ ਹਨ ਅਤੇ ਇਹਨਾਂ ਸਾਮੀਆਂ ਦੀ ਲਿਖਤੀ ਚੋਣ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਅਗਲੀ ਵੱਡੀ ਖਬਰ ਹੈ ਜੀ, ਪੰਜਾਬ ਦੇ ਵਿੱਚ 7700 ਝੁੱਗੀ ਝੌਂਪੜੀ ਵਾਲਿਆਂ ਦੇ ਪਰਿਵਾਰਾਂ ਨੂੰ ਮਿਲੇ ਮਾਲਕਾਨਾ ਹੱਕ। ਜੀ ਹਾਂ ਦੋਸਤੋ, ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਪ੍ਰੋਗਰਾਮ ਬਸੇਰਾ ਦੇ ਤਹਿਤ ਅੰਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਜ਼ਿਲ੍ਹਿਆਂ ਦੇ 2 ਥਾਵਾਂ 'ਤੇ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਹ ਫੈਸਲਾ ਅੱਜ ਇੱਥੇ ਬਸੇਰਾ ਸਕੀਮ ਅਧੀਨ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਸੰਚਾਲਕ ਕਮੇਟੀ ਦੀ 4th ਮੀਟਿੰਗ ਦੇ ਦੌਰਾਨ ਕੀਤਾ ਗਿਆ। ਸ੍ਰੀਮਤੀ ਮਹਾਜਨ ਨੇ ਕਿਹਾ ਕਿ ਇਸ ਫੈਸਲੇ ਦੇ ਨਾਲ ਹੁਣ ਤੱਕ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਸਥਿਤ ਝੁੱਗੀ ਝੌਂਪੜੀ ਵਾਲਿਆਂ ਦੀਆਂ 40 ਥਾਵਾਂ 'ਤੇ ਰਹਿੰਦੇ 7700 ਪਰਿਵਾਰਾਂ ਨੂੰ ਮਾਲਕੀ ਹੱਕ ਦਿੱਤੇ ਗਏ ਹਨ। ਅਗਲੀ ਖਬਰ ਆ ਰਹੀ ਹੈ ਜੀ, 20 ਮੌਤਾਂ, 400 ਨਵੇਂ ਕੋਰੋਨਾ ਕੇਸ ਆਏ ਸਾਹਮਣੇ ਪੰਜਾਬ ਦੇ ਵਿੱਚ ਪਿਛਲੇ 24 ਘੰਟੇ ਦੇ ਦੌਰਾਨ। ਜੀ ਹਾਂ ਦੋਸਤੋ, ਪੰਜਾਬ ਦੇ ਵਿੱਚ ਪਿਛਲੇ 24 ਘੰਟੇ ਦੇ ਦੌਰਾਨ ਕੋਰੋਨਾ ਦੇ ਨਾਲ 22 ਮੌਤਾਂ ਹੋਈਆਂ ਹਨ, ਜਦਕਿ 400 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ, ਜਿਸ ਦੇ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 5,968 ਹੋ ਗਈ ਹੈ, ਜਦੋਂ ਕਿ ਸੂਬੇ ਦੇ ਵਿੱਚ ਹੁਣ ਤੱਕ ਕੁੱਲ ਮਰੀਜ਼ਾਂ ਦੀ ਗਿਣਤੀ 5,93,063 ਹੋ ਗਈ ਹੈ, ਜਦਕਿ 5,71,207 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਅਗਲੀ ਵੱਡੀ ਖਬਰ ਆ ਰਹੀ ਹੈ ਜੀ, ਚੰਡੀਗੜ੍ਹ ਦੇ ਵਿੱਚ ਦੁਕਾਨਾਂ ਰਾਤ 8 ਵਜੇ ਤੱਕ ਖੁੱਲ੍ਹਣਗੀਆਂ, ਜਾਣੋ ਹੋਰ ਕਿਹੜੀਆਂ ਰਿਆਇਤਾਂ ਦਿੱਤੀਆਂ। ਜੀ ਹਾਂ ਦੋਸਤੋ, ਚੰਡੀਗੜ੍ਹ ਦੇ ਵਿੱਚ ਹੁਣ ਸਾਰੀਆਂ ਦੁਕਾਨਾਂ ਸਵੇਰੇ
10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਖੁੱਲ੍ਹਣਗੀਆਂ ਰੈਸਟੋਰੈਂਟ 50% ਸਮਰੱਥਾ ਦੇ ਨਾਲ ਸਵੇਰੇ 10 ਵਜੇ ਤੋਂ ਰਾਤ 10:30 ਵਜੇ ਤੱਕ ਖੁੱਲ੍ਹ ਸਕਣਗੇ। ਨਾਈਟ ਕਰਫਿਊ ਵਿੱਚ ਵੀ ਢਿੱਲ ਦਿੱਤੀ ਗਈ ਹੈ। ਹੁਣ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ। ਵਿਆਹ, ਅੰਤਿਮ ਸੰਸਕਾਰ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਦੇ ਵਿੱਚ 30 ਦੀ ਥਾਂ 'ਤੇ 50 ਲੋਕ ਸ਼ਾਮਲ ਹੋ ਸਕਣਗੇ। ਇਹ ਫੈਸਲੇ ਪ੍ਰਸ਼ਾਸਕ ਬੀਬੀ ਸਿੰਘ ਬਦਨੌਰ ਨੇ ਕੋਵਿਡ ਵਾਰ ਰੂਮ ਵਿੱਚ ਮੀਟਿੰਗ ਵਿੱਚ ਲਏ ਹਨ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਪਾਸੇ। ਧੰਨਵਾਦ।